ਕੀ ਗੁਰੂਗ੍ਰਾਮ ਸਾਹਿਬ ਦੀ ਬੇਦਵੀ ਦਾ ਜਿਹੜਾ ਕੇਸ ਹੈ ਉਹ ਪੰਜਾਬ ਤੋਂ ਚੰਡੀਗੜ੍ਹ ਤਾਲਬ ਕੀਤਾ ਜਿਹੜੀਆਂ ਸਾਡੀਆਂ ਖੌਤੀ ਜਥੇਬੰਦੀਆਂ ਤੁਰਗਾ ਫਿਰਦੀਆਂ ਨੇ ਜੀ ਇਹ ਸਿਰਫ ਗੱਲਾਂ ਕਰ ਸਕਦੀਆਂ ਨੇ ਉਹ ਜਿਹੜਾ ਕੇਸ ਫਰੀਦਕੋੜ ਵਿੱਚ ਚੱਲਦਾ ਸੀ ਉਹਨੂੰ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਕਿ ਇਹਨੂੰ ਪੰਜਾਬ ਤੋਂ ਬਾਹਰ ਕਰ ਦਿਓ ਸ਼ੁਕਰ ਕਰੋ ਉਹ ਹਾਲ ਦੀ ਘੜੀ ਚੰਡੀਗੜ੍ਹ ਦੀ ਤਬਦੀਲ ਹੋਇਆ ਜਿਵੇਂ 1978 ਦੇ ਵਿੱਚ ਨਰੰਗ ਕਾਰੀਆਂ ਵਾਲਾ ਕੇਸ ਪੰਜਾਬ ਤੋਂ ਬਾਹਰ ਜਾ ਕੇ ਕਰਨਾਲ ਗਿਆ ਸੀ ਕਿਦਰੇ ਹੋਰ ਨਾ ਚਲਾ ਜਾਂਦਾ ਚੰਡੀਗੜੀ ਗਿਆ ਇਸ ਹਫਤੇ ਦੀ ਜਿਹੜੀ ਵੱਡੀ ਖਬਰ ਰਹੀ ਹੈ ਅਮਰਿਤਪਾਲ ਸਿੰਘ ਨੂੰ ਲੈ ਕੇ ਰਹੀ ਹੈ ਏਜੰਸੀਆਂ ਵੱਲੋਂ ਪੰਜਾਬ ਪੁਲਿਸ ਨੂੰ ਇਨਪੁਟ ਦਿੱਤੀ ਗਈ ਸੀ ਕਿ ਅਮਰਿਤਪਾਲ ਸਿੰਘ ਨੂੰ ਖਤਰਾ ਦੱਸਿਆ ਹਰ ਬੰਦਾ ਇਸ ਗੱਲ ਦੀ ਪ੍ਰਸ਼ੰਸਾ ਕਰੇਗਾ ਕਿ ਚੰਗਾ ਕੰਮ ਹੈ ਐਸ ਵੇਲੇ ਪੰਜਾਬ ਦਾ ਨੌਜਵਾਨ ਲਗਾਤਾਰ ਨਸ਼ਿਆਂ 'ਚ ਗਲਤਾਨ ਹੁੰਦਾ ਜਾ ਰਿਹਾ ਉਹ ਜਾਂਚ ਹੀ ਕਾਦੀ ਜੇ ਉਸ ਦੀ ਪੜਤਾਲ ਲੋਕ ਕਚਹਿਰੀ 'ਚ ਨਾ ਜਾਵੇ ਨਸ਼ਾ ਬਹੁਤ ਵੱਡੀ ਚੀਜ਼ ਹੈ ਸਾਡੀਆਂ ਖੂਪੀਆਂ ਯੰਸੀਆਂ ਨੇ ਇਸ ਗੱਲ ਦੀ ਰਿਪੋਰਟ ਦਿੱਤੀ ਕਿ ਅਮਰਤਪਾਲ ਸਿੰਘ ਜਿਹੜਾ ਇੱਕ ਨੌਜਵਾਨ ਹੈ ਇਹਨੂੰ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਅਮਰਤਪਾਲ ਨੂੰ ਸੁਰੱਖਿਅਤ ਰੱਖਿਆ ਜਾਵੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਗ੍ਰਹਿ ਮੰਤਰੀ ਵਿਥਾਰਨਾ ਮੁਲਾਕਾਤ ਕੀਤੀ ਉਹਨਾਂ ਨੇ ਅਜਨਾਲਾ ਤੇ ਮੋਹਾਲੀ ਦੀ ਘਟਨਾ ਦੇ ਬੇਰਬੇ ਮੰਗੇ ਨੇ ਕਿ ਹੋ ਕੀ ਰਿਹਾ ਹੈ 50 ਜਾਂ 60 60 ਗਨਮੈਨ ਲਾ ਕੇ ਤੁਰੇ ਫਿਰਦੇ ਨੇ ਉਹਨਾਂ ਦੇ ਗਨਮੈਨ ਘਟਾ ਕੇ ਉਹ ਨਫਰੀ ਨੂੰ ਥਾਣਿਆਂ ਦੇ ਵਿੱਚ ਭੇਜਿਆ ਜਾਬ ਦਾ ਬਜਟ ਸੈਸ਼ਨ ਸ਼ੁਰੂ ਹੋਇਆ ਜੀ ਮੇਰੀ ਸਰਕਾਰ ਤੇ ਪ੍ਰਿੰਸੀਪਲਾਂ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਵੱਲੋਂ ਸੈਸ਼ਨ ਦਾ ਬਾਈਕਾਟ ਕੀਤਾ ਗਿਆ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਸਾਹਿਬ ਨੂੰ ਇਸ ਗੱਲ ਤੇ ਘੇਰਿਆ ਕਿ ਮਾਈ ਗਵਰਨਮੈਂਟ ਮੇਰੀ ਸਰਕਾਰ ਤੁਸੀਂ ਵਾਰ-ਵਾਰ ਕਰਦੇ ਪਏ ਹੋ ਸਰਕਾਰ ਤਾਂ ਤੁਹਾਡੀ ਝੋਂਦੀ ਨਹੀਂ ਸਾਨੂੰ ਇੰਨੀ ਇੱਕ ਗੱਲ ਦੱਸਦੇ ਹੋ ਵੀ ਤੁਹਾਡੀ ਸਰਕਾਰ ਨੇ ਜਿਹੜੀਆਂ ਤੁਸੀਂ 4-5 ਚਿੱਠੀ ਲਿਖ ਕੇ ਜਾਣਕਾਰੀਆਂ ਮੰਗੀਆਂ ਨੇ ਉਹ ਦੇ ਦਿੱਤੀਆਂ ਗਈਆਂ ਨੇ ਪੰਜਾਬ ਮੰਤਰੀ ਮੰਡਲ ਵੱਲੋਂ ਪਾਸ ਕੀਤਾ ਹੋਇਆ ਭਾਸ਼ਣ ਤੁਹਾਨੂੰ ਪੜ੍ਹਨੇ ਹੀ ਪੈਣਾ ਤੁਸੀਂ ਆਨਕਾਨੀ ਨਹੀਂ ਇਹਦੇ ਤੇ ਕਰ ਸਕਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਬਲਵਿੰਦਰ ਬਿੱਟੂ ਹਾਜ਼ਰਾਂ ਪ੍ਰੋਗਰਾਮ ਹਫਤਾਵਾਰੀ ਲੈ ਕੇ ਖਬਰ ਤੋੜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਫਤੇ ਭਰ ਦੀਆਂ ਕੁਝ اہم ਖਬਰਾਂ ਦੇ ਉੱਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੋ ਜੀ ਆਉਣ ਦਾ ਸੁਆਗਤ ਕਰਦੇ ਹਾਂ ਢੱਲੋ ਸੁਆਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਇਸ ਹਫਤੇ ਦੀ ਜਿਹੜੀ ਵੱਡੀ ਖਬਰ ਰਹੀ ਹੈ ਅਮਰਿਤਪਾਲ ਸਿੰਘ ਨੂੰ ਲੈ ਕੇ ਰਹੀ ਹੈ ਏਜੰਸੀਆਂ ਵੱਲੋਂ ਪੰਜਾਬ ਪੁਲਿਸ ਨੂੰ ਇਨਪੁਟ ਦਿੱਤੀ ਗਈ ਸੀ ਕਿ ਅਮਰਿਤਪਾਲ ਸਿੰਘ ਨੂੰ ਖਤਰਾ ਦੱਸਿਆ ਗਿਆ ਸੀ ਜੀ ਦਕੋਮਰਤਪਾਲ ਸਿੰਘ ਪਿਛਲੇ 6 ਮਹੀਨਿਆਂ ਤੋਂ ਜੀ ਉਹਨਾਂ ਦੀਆਂ ਸਰਗਰਮੀਆਂ ਪੰਜਾਬ ਦੇ ਵਿੱਚ ਵਧੀਆਂ ਨੇ ਜੀ ਅਮਰਤਪਾਲ ਸਿੰਘ ਜਿਹੜਾ ਕੰਮ ਕਰਦਾ ਹੈ ਉਹ ਸਿੱਖੀ ਨੂੰ ਲੈ ਕੇ ਇੱਕ ਗੱਲ ਕਰਦਾ ਹੈ ਕਿ ਮੈਂ ਅੰਮ੍ਰਿਤ ਛਕਾ ਰਿਹਾ ਹਾਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰ ਰਹੇ ਹਾਂ ਇਸ ਗੱਲ ਨੂੰ ਤਾਂ ਕੋਈ ਵੀ ਬੰਦਾ ਉਹਦੀ ਨੂੰ ਗਲਤ ਨਹੀਂ ਕਹੇਗਾ ਹਰ ਬੰਦਾ ਇਸ ਗੱਲ ਦੀ ਪ੍ਰਸ਼ੰਸਾ ਕਰੇਗਾ ਕਿ ਚੰਗਾ ਕੰਮ ਹੈ ਐਸ ਵੇਲੇ ਪੰਜਾਬ ਦਾ ਨੌਜਵਾਨ ਲਗਾਤਾਰ ਨਸ਼ਿਆਂ 'ਚ ਗਲਤਾਨ ਹੁੰਦਾ ਜਾ ਰਿਹਾ ਹੈ ਪੰਜਾਬ ਨੂੰ ਜਿਹੜਾ ਸੋਨੇ ਦੀ ਚਿੜੀ ਸੀ ਉਹਨੂੰ ਨਾਜ਼ਰਾਂ ਨੇ ਖਾਲਿਆ ਨੌਜਵਾਨ ਨਸ਼ਾ ਬਲਕ ਅਰਸ਼ਤ ਹੋ ਰਿਹਾ ਹੈ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਸਿਆਸਤਦਾਨਾਂ ਦਾ ਹੈ ਉਹ ਸਿਆਸਤਦਾਨ ਜਿਹੜੇ ਇਹਦੇ ਪਿੱਛੇ ਸਨ ਕਿਉਂਕਿ ਜਦੋਂ ਇੱਥੇ ਖੜਕੂਬਾਦ ਆਇਆ ਇੱਥੇ ਬਥੇਰਿਆਂ ਨੇ ਕਿਹਾ ਕਿ ਅਸੀਂ ਤਾਂ ਕਮਿਸ਼ਨ ਬਣਾਵਾਂਗੇ ਜਿਹੜਾ ਖੜਕੂਬਾਦ ਦੀ ਪੜਤਾਲ ਕਰੇ ਉਦੋਂ ਬਾਅਦ ਕਈ ਵਾਰ ਮੁੱਖ ਮੰਤਰੀ ਰਹਿ ਗਏ ਤੇ ਪੜਤਾਲ ਕਰਾਉਣੀ ਭੁੱਲ ਗਏ ਵੱਡੇ ਵੱਡੇ ਲੀਡਰਾਂ ਦੇ ਨਾਂ ਆਉਂਦੇ ਨੇ ਲਿਫਾਫੇ ਹਾਈ ਕੋਰਟਾਂ ਦੇ ਵਿੱਚ ਬੰਦ ਪਏ ਨੇ ਜਾਂਚਾਂ ਦੇ ਉਹ ਜਾਂਚੀ ਕਾਦੀ ਜੇ ਉਸ ਦੀ ਪੜਤਾਲ ਲੋਕ ਕਚਹਿਰੀ ਚ ਨਾ ਜਾਵੇ ਨਸ਼ਾ ਬਹੁਤ ਵੱਡੀ ਚੀਜ਼ ਹੈ ਪਿਛਲੇ ਦਿਨਾਂ ਦੇ ਵਿੱਚ ਜਨਾਲੇ ਵਿੱਚ ਜੋ ਕੁਝ ਵਾਪਰਿਆ ਉਹਦੇ ਵਿੱਚ ਬਹੁ ਗਿਣਤੀ ਲੋਕਾਂ ਨੇ ਅਮਰਤਪਾਲ ਦੇ ਉੱਤੇ ਸਵਾਲ ਚੱਕੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਤਾਂ ਲੈ ਸਕਦੇ ਹੋ ਪਰ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਨਹੀਂ ਬਣਾਇਆ ਜਾ ਸਕਦਾ ਆਮ ਤੌਰ ਤੇ ਕਿਸੇ ਵੇਲੇ ਨਿਹੰਗ ਸਿੰਘ ਜਥੇਬੰਦੀਆਂ ਤੇ ਇਹ ਸਵਾਲ ਉੱਠਦੇ ਸੀ ਇਹਨਾਂ ਨੇ ਜਿੱਥੇ ਕਬਜ਼ੇ ਕਰਨੇ ਹੁੰਦੇ ਸੀ ਉੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰ ਦਿੰਦੇ ਕਈ ਅਜਿਹੇ ਆ ਥਾਮਾ ਵੀ ਸੀ ਜਿਨ੍ਹਾਂ ਦੇ ਆਸ-ਪਾਸ ਸੀਵਰੇਜ ਦਾ ਪਾਣੀ ਹੁੰਦਾ ਸੀ ਦੂਰ-ਦੂਰ ਤੱਕ ਬਦਬੋਹ ਹੁੰਦੀ ਸੀ ਮੈਂ ਸਮਝਦਾ ਕਿ ਗੁਰੂ ਸਾਹਿਬ ਤਾਂ ਸਤਕਾਰ ਗੁਰੂ ਸਾਹਿਬ ਤਾਂ ਅਸੀਸ ਦੇਣ ਵਾਲੇ ਨੇ ਉਦੋਂ ਬਾਅਦ ਅਮਰਤਪਾਲ ਤੇ ਕਈ ਤਰ੍ਹਾਂ ਦੇ ਸਵਾਲ ਉੱਠੇ ਸਾਡੀਆਂ ਖੁਫੀਆ ਏਜੰਸੀਆਂ ਨੇ ਇਸ ਗੱਲ ਦੀ ਰਿਪੋਰਟ ਦਿੱਤੀ ਕਿ ਅਮਰਤਪਾਲ ਸਿੰਘ ਜਿਹੜਾ ਇੱਕ ਨੌਜਵਾਨ ਹੈ ਇਹਨੂੰ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਅਮਰਤਪਾਲ ਨੂੰ ਸੁਰੱਖਿਅਤ ਰੱਖਿਆ ਜਾਵੇ ਇਹ ਗੱਲ ਜਦੋਂ ਸੁਰੱਖਿਆ ਏਜੰਸੀਆਂ ਨੇ ਦਿੱਤੀ ਤਾਂ ਬਹੁਤ ਸਾਰਿਆਂ ਨੇ ਇਦੇ ਤੇ ਦਿਖ ਖਿਆਲ ਵੀ ਰੱਖਿਆ ਕਿਉਂਕਿ ਸੁਰੱਖਿਆ ਰਾਜਾਂ ਦਾ ਵਿਸ਼ਾ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਡੀਜੀਪੀ ਨੂੰ ਅਮਰਤਪਾਲ ਦੀ ਸੁਰੱਖਿਆ ਨੂੰ ਲੈ ਕੇ ਲੋੜੀ ਦੇ ਪ੍ਰਬੰਧ ਕਰਨੇ ਚਾਹੀਦੇ ਆ ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਸੁਪਰੀਮ ਕੋਰਟ ਵੱਲੋਂ ਸਬਕ ਸਿਖਾਇਆ ਗਿਆ ਜੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਚਾਰ ਕਈ ਮਾਮਲਿਆਂ ਨੂੰ ਲੈ ਕੇ ਤਕਰਾਰ ਚੱਲਦਾ ਪਿਆ ਹੈਗਾ ਮੁੱਖ ਮੰਤਰੀ ਸਾਹਿਬ ਤੋਂ ਸਵਾਲ ਪੁੱਛੇ ਗਏ ਰਾਜਪਾਲ ਵੱਲੋਂ ਕਿ ਅਨੁਸੂਚਿਤ ਜਾਤੀ ਵਜੀਫਿਆਂ ਦਾ ਕੀ ਬਣਿਆ ਜਿੰਨਾ ਪ੍ਰਿੰਸੀਪਲਾਂ ਨੂੰ ਤੁਸੀਂ ਸਿੰਗਾਪੁਰ ਭੇਜਦੇ ਹੋ ਉਹਨਾਂ ਦੀ ਚੋਣ ਪ੍ਰਕਿਰਿਆ ਕੀ ਹੈ ਸਭ ਤੋਂ ਅਹਿਮ ਉਹਨਾਂ ਨੇ ਕਿਹਾ ਕਿ ਕੁਲਦੀਪ ਸਿੰਘ ਚਾਲ ਜਿਹੜੇ ਐਸਐਸਪੀ ਚੰਡੀਗੜ੍ਹ ਹੁੰਦੇ ਸਨ ਰਾਜਪਾਲ ਸਾਹਿਬ ਨੇ ਉਹਨਾਂ ਕੋਲ ਸ਼ਿਕਾਇਤ ਗਈ ਔਰ ਉਸ ਚੀਜ਼ ਦੀ ਪੜਤਾਲ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਰਾਜਪਾਲ ਸਾਹਿਬ ਨੂੰ ਚੜਾਉਣ ਖਾਤਰ ਕੁਲਦੀਪ ਸਿੰਘ ਚਾਹਲ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਲਾ ਦਿੱਤਾ ਪਦਉਨਤ ਕਰਕੇ। ਔਰ ਇਹੋ ਖੇਤਰ ਸੀ ਜਿੱਥੇ ਰਾਜਪਾਲ ਸਾਹਿਬ ਨੇ 26 ਜਨਵਰੀ ਨੂੰ ਝੰਡਾ ਚਲਾਉਣ ਵਾਸਤੇ ਜਾਣਾ ਸੀ। ਸੋ ਉਹਨਾਂ ਦਾ ਇਹ ਕੰਮ ਝੰਡਾ ਚਲਾਉਣਾ ਇਹਨਾਂ ਚੀਜ਼ਾਂ ਤੋਂ ਡਿਫਰੈਂਸ ਪੈਦਾ ਹੋਏ ਵਿਚਾਰਕ ਮਤ ਭੇਦ ਹੋਏ ਉਹਨਾਂ ਵਿਚਾਰਕ ਮਤ ਭੇਦਾਂ ਦੇ ਵਿੱਚ ਉਹਨਾਂ ਨੇ ਐਸ ਤਰ੍ਹਾਂ ਦੀ ਗੱਲ ਕੀਤੀ ਰੇੜਕਾ ਪੈ ਗਿਆ ਉਹਨਾਂ ਨੇ ਕਹਿਤਾ 13 ਤਰੀਕ ਨੂੰ ਇੱਕ ਚਿੱਠੀ ਲਿਖਤੀ ਲੰਗੀ ਨੂੰ ਕਿ ਤੁਸੀਂ ਮੈਨੂੰ 28 ਤਰੀਕ ਤੱਕ ਇਹਨਾਂ ਸਵਾਲਾਂ ਦੇ ਜਵਾਬ ਦਿਓ ਨਹੀਂ ਤਾਂ ਫਿਰ ਮੈਂ ਕਾਨੂੰਨੀ ਪ੍ਰਕਿਰਿਆ ਲਮਾਂਗਾ ਮੁੱਖ ਮੰਤਰੀ ਸਾਹਿਬ ਨੂੰ ਲੱਗਿਆ ਕਿ ਰਾਜਪਾਲ ਸਾਹਿਬ ਸੈਸ਼ਨ ਦੀ ਮਨਜ਼ੂਰੀ ਨਹੀਂ ਦੇਣਗੇ ਉਹਨਾਂ ਨੇ ਹਾਲਾਂਕਿ ਦੋ ਵਾਰ ਜੇ ਉਹ ਨਾ ਕਰ ਸਕਦੇ ਤੀਜੀ ਵਾਰ ਉਹਨਾਂ ਨੂੰ ਦੇ ਦੇਣੀ ਪੈਂਦੀ ਹੈ ਇਹ ਸੁਪਰੀਮ ਕੋਰਟ ਚਲੇ ਗਏ ਕਿ ਰਾਜਪਾਲ ਨੂੰ ਸਭ ਕੁਝ ਸਿਖਾਉਣਾ ਹੈ ਸਪਰੀਮ ਕੋਰਟ ਨੇ ਦੋਨਾਂ ਨੂੰ ಪಾਠ ਪੜਾਇਆ ਉਹ ਕਹਿੰਦੇ ਰਾਜਪਾਲ ਸਾਹਿਬ ਸੈਸ਼ਨ ਨਹੀਂ ਰੋਕ ਸਕਦੇ ਤੇ ਮੁੱਖ ਮੰਤਰੀ ਨੂੰ ਵੀ ਰਾਜਪਾਲ ਤੱਕ ਜੋ ਜਾਣਕਾਰੀ ਮੰਗਦੇ ਨੇ ਉਹ ਦੇਣ ਲਈ ਪਾਬੰਦ ਹੋਣਾ ਚਾਹੀਦਾ ਹੈ ਔਰ ਜਿਹੜੀ ਭਾਸ਼ਾ ਰਾਜਪਾਲ ਦੀ ਨਿਯੁਕਤੀ ਲਈ ਵਰਤੀ ਗਈ ਹੈ ਮੁੱਖ ਮੰਤਰੀ ਵੱਲੋਂ ਉਹ ਭਾਸ਼ਾ ਕੋ ਚੰਗੀ ਨਹੀਂ ਉਦੇ ਵਿੱਚ ਸਭੇਕ ਭਾਸ਼ਾ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਸੋ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਦੋਨਾਂ ਨੂੰ ਹੀ ਇੱਕ ਕਿਸਮ ਦਾ ਸਬਕ ਸਿਖਾ ਕੇ ਤੋੜਿਆ ਜੀ। ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਗ੍ਰਹਿ ਮੰਤਰੀ ਮਿਤ ਸ਼ਾਰਨਾ ਮੁਲਾਕਾਤ ਕੀਤੀ ਗਈ ਹੈ। ਪਿਛਲੇ ਦਿਨ ਪਹਿਲਾਂ ਰਾਜਪਾਲ ਸਾਹਿਬ ਮਿਲ ਕੇ ਆਏ ਜੀ। ਤੇ ਫਿਰ ਮੁੱਖ ਮੰਤਰੀ ਸਾਹਿਬ ਜਾ ਪਹੁੰਚੇ। ਕਹਿੰਦੇ ਆ ਕਿ ਅਮਰਿਤ ਸ਼ਾਹ ਹੋਰਾਂ ਨੇ ਕੁਝ ਸਖਤ ਲਹਿਜੇ ਦੇ ਵਿੱਚ ਗੱਲ ਕੀਤੀ ਹੈ ਉਹਨਾਂ ਨੇ ਅਜਨਾਲਾ ਤੇ ਮੋਹਾਲੀ ਦੀ ਘਟਨਾ ਦੇ ਬੇਰਬੇ ਮੰਗੇ ਨੇ ਕਿ ਹੋ ਕੀ ਰਿਹਾ ਹੈ ਸਾਡੇ G20 ਸੰਮੇਲਨ ਵੀ ਹੋਣ ਜਾ ਰਿਹਾ ਹੈ ਹੁਲਾ ਮਲਾ ਆ ਗਿਆ ਉਹਦੇ ਪ੍ਰੋਗਰਾਮ ਸ਼ੁਰੂ ਹੋ ਚੁੱਕੇ ਨੇ ਇਹਦੇ ਉਲਟ ਦੂਜੇ ਪਾਸੇ ਬਸਾਖੀ ਆ ਰਹੀ ਹੈ ਇਹਨਾਂ ਨੇ ਜਾ ਕੇ ਕਹਿਤਾ ਕਿ ਸਾਨੂੰ ਹਾਲਾਂਕਿ ਰਾਜਾਂ ਦਾ ਵਿਸ਼ਾ ਤੇ ਜੇ 40 40 45 45 ਗਨਮੈਨ ਤੁਸੀਂ ਆਪਣੇ ਘਰਦਿਆਂ ਨਾਲ ਤੋਰੇ ਫਿਰਨੇ ਆ ਤੇ ਅਰਧ ਸੰਕਲਪ ਲੈਣ ਵਾਸਤੇ ਪਹੁੰਚ ਕੇ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਉਹਨਾਂ ਨੇ ਪਹਿਲਾ ਰਿਪੋਰਟ ਮੰਗੀ ਕਿ ਪੰਜਾਬ ਦੀ ਸਥਿਤੀ ਕਿਸ ਕਿਸਮ ਦੇ ਨਾਲ ਚੱਲ ਰਹੀ ਹੈ ਤੇ ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਰਿਪੋਰਟ ਸੌਂਪੀ ਜਾਵੇ ਹੁਣ ਇਹ ਪਤਾ ਲੱਗਾ ਕਿ 1800 ਦੇ ਕਰੀਬ ਅਰਧ ਸੈਨਿਕ ਬਲਾਂ ਅਗਲੇ ਦਿਨਾਂ ਵਿੱਚ ਪੰਜਾਬ 'ਚ ਤਾਇਨਾਤ ਹੋਣਗੇ ਇਹਦੇ ਨਾਲ ਉਹ ਬਿੱਤ ਰਹੇ ਐ ਕਿ ਆਪਣਾ ਸਾਰਾ ਕੁਝ ਦੂਜਿਆਂ ਦੇ ਹਵਾਲੇ ਕਰਨਾ ਇਹ ਗੈਰਵਾਜਬ ਹੈ ਤੁਸੀਂ ਕਿਰਪਾ ਕਰੋ ਜਿਹੜੇ 50 ਜਾਂ 60 60 ਗਨਮੈਨ ਲਾ ਕੇ ਤੁਰੇ ਫਿਰਦੇ ਨੇ ਉਹਨਾਂ ਦੇ ਗਨਮੈਨ ਘਟਾ ਕੇ ਉਹ ਨਫਰੀ ਨੂੰ ਥਾਣਿਆਂ ਦੇ ਵਿੱਚ ਭੇਜਿਆ ਜਾਵੇ ਪੰਜਾਬ ਦਾ ਬਜਟ ਸੈਸ਼ਨ ਸ਼ੁਰੂ ਹੋਇਆ ਜੀ ਮੇਰੀ ਸਰਕਾਰ ਤੇ ਪ੍ਰਿੰਸੀਪਲਾਂ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਵੱਲੋਂ ਸੈਸ਼ਨ ਦਾ ਬਾਈਕਾਟ ਕੀਤਾ ਗਿਆ ਜੀ ਦੇਖੋ ਜਦੋਂ ਇਹ ਸੈਸ਼ਨ ਚੱਲਿਆ ਵਰੋਧੀ ਧਿਰ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਸਾਹਿਬ ਨੂੰ ਇਸ ਗੱਲ ਤੇ ਘੇਰਿਆ ਕਿ ਮਾਈ ਗਵਰਨਮੈਂਟ ਮੇਰੀ ਸਰਕਾਰ ਤੁਸੀਂ ਵਾਰ-ਵਾਰ ਕਰਦੇ ਪਏ ਹੋ ਸਰਕਾਰ ਤਾਂ ਥੋੜੀ ਜੰਦੀ ਨਹੀਂ ਸਾਨੂੰ ਇੰਨੀ ਇੱਕ ਗੱਲ ਦੱਸਦੇ ਹੋ ਵੀ ਤੁਹਾਡੀ ਸਰਕਾਰ ਨੇ ਜਿਹੜੀਆਂ ਤੁਸੀਂ 4-5 ਚਿੱਠੀ ਲਿਖ ਕੇ ਜਾਣਕਾਰੀਆਂ ਮੰਗੀਆਂ ਨੇ ਉਹ ਦੇ ਦਿੱਤੀਆਂ ਗਈਆਂ ਨੇ ਤਾਂ ਰਾਜਪਾਲ ਸਾਹਿਬ ਇਸ ਮਾਮਲੇ ਦੇ ਵਿੱਚ ਕੇਵਲ ਸਰਕਾਰ ਕਹਿਣ ਲੱਗੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਈਕ ਸੰਭਾਲ ਲਿਆ ਉਹ ਕਹਿੰਦੇ ਪੰਜਾਬ ਮੰਤਰੀ ਮੰਡਲ ਵੱਲੋਂ ਪਾਸ ਕੀਤਾ ਹੋਇਆ ਭਾਸ਼ਣ ਤੁਹਾਨੂੰ ਪੜ੍ਹਨਾ ਹੀ ਪੈਣਾ ਤੁਸੀਂ ਆਨਕਾਨੀ ਨਹੀਂ ਇਹਦੇ ਤੇ ਕਰ ਸਕਦੇ ਤਦ ਨੂੰ ਇਹ ਕਰਨਾ ਹੀ ਪੈਣਾ ਹੈ ਇਹ ਪੜਨਾ ਉਹ ਫੇਰ ਉਦਾਂ ਲਾ ਗਏ ਅਖੀਰ ਜਦੋਂ ਹੋਇਆ ਤਾਂ ਰਾਜਪਾਲ ਸਾਹਿਬ ਨੇ ਕਿਹਾ ਕਿ ਮੈਂ ਭਰਾ ਵੀ ਥੋੜਾ ਵੱਡਾ ਹਾਂ ਮੈਨੂੰ ਪੂਰਨ ਆਸ ਹੈ ਕਿ ਜਿਹੜੇ ਸਵਾਲ ਮੈਂ ਤੁਹਾਨੂੰ ਪੁੱਛੇ ਨੇ ਚਿੱਠੀ ਪਾ ਕੇ ਤੁਸੀਂ ਆਪਣਾ ਫਰਜ਼ ਸਮਝਦੇ ਹੋਏ ਨਿਰਧਾਰਤ ਸਮੇਂ ਦੇ ਵਿੱਚ ਮੈਨੂੰ ਇਹਨਾਂ ਦਾ ਜਵਾਬ ਦੇਮੋਗੇ ਇਹ ਤਾਂ ਇੱਕ ਗੱਲ ਕਲੀਅਰ ਹੋ ਗਈ ਸਾਫ਼ ਹੋ ਗਈ ਕਿ ਰਾਜਪਾਲ ਸਾਹਿਬ ਨੂੰ ਮੁੱਖ ਮੰਤਰੀ ਸਰਕਾਰ ਨੇ ਪੰਜਾਬ ਦੀ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਸਾਨੂੰ ਲੱਗਦਾ ਸੀ ਕਿ ਰਾਜਪਾਲ ਸਾਹਿਬ ਦੀ ਪੋਤਰੀ ਦੇ ਵਿਆਹ ਵਿੱਚ ਇਕੱਠੇ ਹੋਏ ਗ੍ਰਹਿ ਮੰਤਰਾਲੇ ਕੋਲੇ ਜਾਏ ਤੇ ਹੁਣ ਇਹਨਾਂ ਦਾ ਰੇੜਕਾ ਮੁੱਕ ਗਿਆ ਹੋਵੇਗਾ ਪਰ ਜਦੋਂ ਅਸੀਂ ਦੇਖਿਆ ਕਿ ਰੇੜਕਾ ਮੁੱਕਿਆ ਨਹੀਂ ਇਹ ਰੇੜਕਾ ਤਾਂ ਜਿਉਂਦਾ ਤਿਉਂ ਚੱਲਦਾ ਰਿਹਾ ਬਿਜਲੀ ਸਬਸਿਡੀ 20000 ਤੱਕ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ ਜੀ 15845 ਕਰੋੜ ਤੱਕ ਬਿਜਲੀ ਸਬਸਿਡੀ ਦਾ ਬਿੱਲ ਪਹੁੰਚ ਗਿਆ ਹੈ ਪੰਜਾਬ ਦਾ ਬਿਜਲੀ ਨਿਗਮ ਮੌਜੂਦਾ ਪਰਸਥਿਤੀਆਂ ਦੇ ਵਿੱਚ ਕਿਸੇ ਵੇਲੇ ਵੀ ਕੋਲੈਪਸ ਹੋ ਸਕਦਾ ਹੈ ਇਹ ਮਾਮਲਾ ਕਾਫੀ ਗੰਭੀਰਤਾ ਨਾਲ ਵਿਚਾਰਨ ਵਾਲਾ ਹੈ ਨਾ ਤਾਂ 1996 ਚ ਕਿਸਾਨਾਂ ਨੇ ਮੁਫਤ ਬਿਜਲੀ ਮੰਗੀ ਸੀ ਤੇ ਨਾ ਕਿਸੇ ਨੇ 300 ਯੂਨਟ ਕਿਹਾ ਸੀ ਮੁਫਤ ਦੇ ਦਿਓ ਸਾਡੀਆਂ ਤਾਂ ਗਾਰੰਟੀਆਂ ਨੇ ਜੀ ਇਸ ਵਿੱਤੀ ਬਰੇ ਦੇ ਅਖੀਰ ਤੱਕ ਬਿਜਲੀ ਨਿਗਮ ਦੀ ਸਬਸਿਡੀ 20000 ਕਰੋੜ ਰੁਪਏ ਨੂੰ ਪਾਰ ਕਰ ਸਕਦੀ ਹੈ ਮੈਂ ਮਹਿਸੂਸ ਕਰਦਾ ਕਿ ਇੱਕ ਪਾਸੇ ਬਿਜਲੀ ਚੋਰੀ ਬਹੁਤ ਹੋ ਰਹੀ ਹੈ ਉਹਦੀ ਰਿਕਵਰੀ ਨਹੀਂ ਹੁੰਦੀ ਜੇ ਕਿਤੇ ਬਿਜਲੀ ਨਿਗਮ ਦੀਆਂ ਟੀਮਾਂ ਜਾਣਦੀਆਂ ਵੀ ਨਹੀਂ ਨੇ ਤਾਂ ਕਿਤੇ ਕਿਸਾਨ ਕਿਤੇ ਕੋਈ ਹੋਰ ਘੇਰ ਲੈਂਦੇ ਨੇ ਜੇ ਬਿਜਲੀ ਬੋਰਡ ਦੇ ਨਾਲ ਇਹੀ ਕੁਝ ਹੁੰਦਾ ਰਿਹਾ ਤਾਂ ਇੱਕ ਦਿਨ ਬਿਜਲੀ ਬੋਰਡ ਦਾ ਢਾਂਚਾ ਤਹਿਸ਼ ਨੈ ਸ਼ੋ ਜਾਵੇਗਾ ਉਹ ਸਾਡੇ ਸਾਰਿਆਂ ਲਈ ਨੁਕਸਾਨਦੇ ਹੋਵੇਗਾ ਘਰੇਲੂ ਅਤੇ ਵਾਰਕ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲੇ ਜੀ ਤੁਸੀਂ ਠੀਕ ਕਹਿੰਦੇ ਹੋ ਬਿੱਟੂ ਜੀ 50 ਰੁਪਏ ਘਰੇਲੂ 350 ਰੁਪਿਆ ਵਪਾਰਕ ਸਿਲੰਡਰਾਂ ਦਾ ਭਾਅ ਵਧਾਤਾ ਤੁਸੀਂ ਇਹ ਵੀ ਦੇਖੋ ਕਿ ਜਿਸ ਵੇਲੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ 50 ਰੁਪਏ ਸਿਲੰਡਰ ਦੀ ਕੀਮਤ ਵਧੀ ਸੀ ਇਹਨਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਪੂਰੇ ਭਾਰਤ ਦੇ ਵਿੱਚ ਤਵੱਜੜ ਪਾਇਆ ਸੀ ਤੇ ਅੱਜ ਉਹ ਸਿਲੰਡਰ 1100 ਨੂੰ ਪਾਰ ਕਰ ਗਿਆ ਢਾਈ ਗੁਣਾ ਵੱਧ ਗਿਆ ਤੇ ਅੱਜ ਇਹ ਚੁੱਪ ਕਰਕੇ ਬੈਠੇ ਨੇ ਵਪਾਰਕ ਸਿਲੰਡਰ ਵੀ ਉਸ ਵੇਲੇ 800 ਦੇ ਕਰੀਬ ਸੀ ਅੱਜ ਉਹ 2300 2500 ਤੋਂ ਪਾਰ ਕਰ ਗਿਆ ਉਹਦਾ ਭਾਅ ਵੀ ਦੁੱਗਣੇ ਤੋਂ ਵੱਧ ਗਿਆ ਇਹ ਕਰਦੇ ਕੀ ਨੇ ਅਜੇ ਮੋਦੀ ਸਾਹਿਬ ਕਹਿੰਦੇ ਨੇ ਨਾ ਖਾਣੂਗਾ ਨਾ ਖਾਣੇ ਦੂੰਗਾ ਇਹ ਬਹੁਤ ਮੰਦ ਭੱਗ ਹੈ ਔਰ ਲਗਾਤਾਰ ਹਮ ਦੋ ਹਮਾਰੇ ਦੋ ਵਿਰੋਧੀ ਇਹ ਸਵਾਲ ਚੁੱਕਦੇ ਨੇ ਹਮ ਅਡਾਨੀ ਕੇ ਹੈ ਕੌਣ ਇਹਦੇ ਤੇ ਸਪਸ਼ਟ ਕਰੋ ਪ੍ਰਧਾਨ ਮੰਤਰੀ ਸਾਹਿਬ ਇਹ ਸਾਰੇ ਮਾਮਲੇ ਲਗਾਤਾਰ ਉੱਤਰ ਰਹੇ ਨੇ ਇਹਨਾਂ ਦੇ ਉੱਤੇ ਪ੍ਰਧਾਨ ਮੰਤਰੀ ਦੀ ਚੁੱਪੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਔਰ ਕਹਿੰਦੇ ਆ ਕਿ ਉਜਵਲਾ ਯੋਜਨਾ 1 ਕਰੋੜ ਸੈਲਫੀਆਂ ਲੈਣੀਆਂ ਨੇ ਭਾਜਪਾ ਵਾਲੇ ਬੀਬੀਆਂ ਨੇ ਕਦੇ ਜਾ ਕੇ ਵੇਖ ਲਿਓ ਉਹਨਾਂ ਨੂੰ ਜੋ ਸਿਲੰਡਰ ਦਿੱਤੇ ਸੀ ਚੁੱਲ੍ਹੇ ਦਿੱਤੇ ਸੀ ਉਹਨਾਂ ਕੋਲ ਭਰਉਣ ਵਾਸਤੇ 1100 ਰੁਪਇਆ ਹੈਗਾ ਉਹਨਾਂ ਚੋਂ ਬਹੁ ਗਿਣਤੀ ਬੀਬੀਆਂ ਅਜੇ ਵੀ ਲੱਕੜਾ ਇਕੱਠੀਆਂ ਕਰ ਕਰਕੇ ਆਪਣੇ ਘਰ ਦਾ ਚੁੱਲਾ ਚਲਾਉਂਦਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦਾ ਜਿਹੜਾ ਕੇਸ ਹੈ ਉਹ ਪੰਜਾਬ ਤੋਂ ਚੰਡੀਗੜ੍ਹ ਤਲਬ ਕੀਤਾ ਗਿਆ ਜੀ ਜਿਹੜੀਆਂ ਸਾਡੀਆਂ ਖੌਤੀ ਜਥੇਬੰਦੀਆਂ ਤੁਰਗਾ ਫਿਰਦੀਆਂ ਨੇ ਜੀ ਇਹ ਸਿਰਫ ਗੱਲਾਂ ਕਰ ਸਕਦੀਆਂ ਨੇ ਕੋਈ ਸਾਰਥਕ ਨਤੀਜੇ ਨਹੀਂ ਕੱਢਦੀਆਂ ਤੇ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੀ ਵੀ ਬਹੁਤ ਗਿਣਤੀ ਦੀ ਇੱਕ ਸੁਰਤਾ ਨਹੀਂ ਹੈ ਉਹ ਵੀ ਆਪੋ ਆਪਣੇ ਰਾਗ ਆਲਾਪ ਦੀਆਂ ਨੇ ਡੇਰੇ ਵਾਲੇ ਗੁਰਬੀਰ ਰਾਮ ਰਹੀਮ ਸਿੰਘ ਇਹਨੂੰ ਵਾਰੀ-ਵਾਰੀ ਪੈਰੋਲ ਮਿਲੀ ਜਾਂਦੀ ਹੈ ਕੋਈ ਇਹਨੂੰ ਗੰभीरता ਨਾਲ ਨਹੀਂ ਲੈਂਦਾ ਤੇ ਉਹਨਾਂ ਨੇ ਅਰਜੀ ਪਾ ਦਿੱਤੀ ਫਰੀਦਕੋਟ ਤੋਂ ਭਾਪ ਪੰਜਾਬ ਤੋਂ ਜਿਹੜੀ ਬੁਰਜ ਜਵਾਰ ਸਿੰਘ ਵਾਲਾ ਤੋਂ ਮੀੜ ਚੋਰੀ ਹੋਈ ਉਹਦਾ ਪਤਰਾ ਪਤਰਾ ਕਰਕੇ ਜਿਨ੍ਹਾਂ ਨੂੰ ਅਸੀਂ ਅੰਗ ਕਹਿੰਦੇ ਆ ਖਡਾਇਆ ਗਿਆ ਬੇਅਦਬੀ ਹੋਈ ਉਸ ਬੇਅਦਬੀ ਦੇ ਵਿੱਚ ਉਹ ਜਿਹੜਾ ਕੇਸ ਫਰੀਦਕੋਟ ਵਿੱਚ ਚੱਲਦਾ ਸੀ ਉਹਨੂੰ ਸੁਪਰੀਮ ਕੋਰਟ ਨੇ ਆਦੇਸ਼ ਦੇ ਦਿੱਤੇ ਕੇ ਇਹਨੂੰ ਪੰਜਾਬ ਤੋਂ ਬਾਹਰ ਕਰਦੇ ਹੋ ਸ਼ੁਕਰ ਕਰੋ ਉਹ ਹਾਲ ਦੀ ਘੜੀ ਚੰਡੀਗੜ੍ਹ ਦੀ ਤਬਦੀਰ ਹੋਇਆ ਜਿਵੇਂ 1978 ਦੇ ਵਿੱਚ ਨਰੰਗ ਕਾਰੀਆਂ ਵਾਲਾ ਕੇਸ ਪੰਜਾਬ ਤੋਂ ਬਾਹਰ ਜਾ ਕੇ ਕਰਨਾਲ ਗਿਆ ਸੀ ਕਿਧਰੇ ਹੋਰ ਨਾ ਚਲਾ ਜਾਂਦਾ ਚੰਡੀਗੜ੍ਹ ਹੀ ਗਿਆ ਲੇਕਿਨ ਸੁਪਰੀਮ ਕੋਰਟ ਦੇ ਹੁਕਮਾਂ ਤੇ ਇਹ ਜਿਹੜਾ ਕੇਸ ਹੈ ਉਹ ਚੰਡੀਗੜ੍ਹ ਦੇ ਵਿੱਚ ਤਬਦੀਲ ਹੋ ਗਿਆ ਹੁਣ ਚੰਡੀਗੜ੍ਹ ਦੀ ਸੈਸ਼ਨ ਅਦਾਲਤ ਦੇ ਵਿੱਚ ਇਸ ਕੇਸ ਦੀ ਸੁਣਵਾਈ ਹੋਵੇਗੀ ਵਿਰੋਧੀ ਪਾਰਟੀਆਂ ਨੇ ਪੰਜਾਬ ਦੀ ਆਪਕਾਰੀ ਨੀਤੀ ਨੀਤੀ ਨੂੰ ਲੈ ਕੇ ਐਡੀ ਦੀ ਜਾਂਚ ਮੰਗੀ ਹੈ ਜੀ ਜਿਸ ਵੇਲੇ ਦਿੱਲੀ ਦੇ ਵਿੱਚ ਆਪਕਾਰੀ ਨੀਤੀ ਦੇ ਮਾਮਲੇ ਦੇ ਵਿੱਚ ਮਨੀਸ਼ ਸੋਧਿਆ ਉਹਨਾਂ ਦਾ ਵਿੱਤ ਮੰਤਰੀ ਉਪਵਕ ਮੰਤਰੀ ਈਡੀ ਦੇ ਤੇ ਸੀਬੀਆਈ ਦੇ ਸਕੰਜੇ ਚ ਆ ਗਿਆ ਕਿਉਂਕਿ ਪੰਜਾਬ ਦੀ ਸਰਕਾਰ ਨੇ ਕਿਹਾ ਸੀ ਕਿ ਜਿਹੜੀ ਨੀਤੀ ਅਸੀਂ ਦਿੱਲੀ ਵਿੱਚ ਲਾਗੂ ਕਰ ਰਹੇ ਹਾਂ ਇਹੋ ਨੀਤੀ ਪੰਜਾਬ ਵਿੱਚ ਵੀ ਲਾਗੂ ਹੋਵੇਗੀ ਖਾਸ ਕਰ ਕਾਂਗਰਸ ਪਾਰਟੀ ਇਹਨਾਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਤੁਸੀਂ ਜਿਹੜਾ ਹੈਗਾ ਇਹ ਪੰਜਾਬ ਦੀ ਆਪਕਾਰੀ ਨੀਤੀ ਤੇ ਵੀ ਈਡੀ ਤੋਂ ਪੜਤਾਲ ਕਰਾ ਲਈ ਜਾਵੇ ਪੰਜਾਬ ਦੀ ਆਪਕਾਰੀ ਨੀਤੀ ਵਿੱਚ ਵੀ ਬਹੁਤ ਕੁਝ ਕਪਲ ਕਪਲੇ ਹੋਏ ਨੇ ਕਥਤ ਰੂਪ ਦੇ ਵਿੱਚ ਲੋਕ ਅਕਸਰ ਮੰਨ ਕਰਦੇ ਨੇ ਕਿ ਸ਼ਰਾਬ ਦੀ ਬੋਤਲ ਤੇ ਰੇਟ ਕੁਝ ਲਿਖਿਆ ਤੇ ਪੈਸੇ ਉਹਦੇ ਤੋਂ ਵੱਧ ਵਸੂਲੇ ਜਾ ਰਹੇ ਨੇ ਇਸ ਕਰਕੇ ਉਹਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਦੀ ਆបਕਾਰੀ ਨੀਤੀ ਤੇ ਵੀ ਪੜਤਾਲ ਹੋਵੇ ਪਿਛਲੇ ਸਮੇਂ ਦੌਰਾਨ ਪੰਜਾਬ ਦੀ ਆបਕਾਰੀ ਨੀਤੀ ਨਾਲ ਸੰਬੰਧਤ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਥੋਂ ਦੇ ਕਈ ਅਧਿਕਾਰੀਆਂ ਤੋਂ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ ਪੰਜਾਬ ਚ ਜਲੰਧਰ ਦੀਆਂ ਉਪਚੋਣਾਂ ਲਈ ਕਾਂਗਰਸ ਵੱਲੋਂ ਹਿਮਾਚਲ ਦੇ ਉਪ ਮੁੱਖ ਮੰਤਰੀ ਅਗਨੀ ਹੋਤਰੀ ਨੂੰ ਇੰਚਾਰਜ ਲਗਾਇਆ ਗਿਆ ਜੀ ਜਿਹੜੀ ਜਲੰਧਰ ਦੀ ਉਪਚੋਣ ਹੈ ਲੋਕ ਸਭਾ ਦੀ ਉਹ ਬੜੀ ਤੇਜ਼ੀ ਦੇ ਨਾਲ ਆ ਰਹੀ ਹੈ ਸਾਰੀਆਂ ਹੀ ਰਾਸ਼ਟਰੀ ਪਾਰਟੀਆਂ ਦਾ ਇਸ ਵੇਲੇ ਮੁੱਖ ਧਿਆਨ ਉਸ ਖੇਤਰ ਵੱਲ ਹੋ ਗਿਆ ਜਿਹੜਾ ਖੇਤਰ ਉਸ ਪਾਸੇ ਵੱਲ ਹੈ ਮਕੇਸ਼ ਅਗਨੀ ਹੋਤਰੀ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਨੇ ਇਸ ਕਰਕੇ ਉਹ ਜਲੰਧਰ ਚੋਣ ਬਾਸ ਤੇ ਇੰਚਾਰਜ ਲਾ ਦਿੱਤੇ ਗਏ ਨੇ ਆਮ ਤੌਰ ਤੇ ਹਿਮਾਚਲ ਚੋਣਾ ਵਿੱਚ ਵੀ ਪੰਜਾਬ ਦੇ ਇੰਚਾਰਜ ਲੱਗਦੇ ਆ ਹੁਣ ਉਪ ਮੁੱਖ ਮੰਤਰੀ ਮਕੇਸ਼ ਅਗਨੀ ਹੋਤਰੀ ਉਹਨਾਂ ਨੂੰ ਪੰਜਾਬ ਚੋਣਾਂ ਵਾਸਤੇ ਇੰਚਾਰਜ ਲਾ ਦਿੱਤਾ ਗਿਆ ਮੈਂ ਸਮਝਦਾ ਉਹ ਦੇਖਣਗੇ ਅਕਾਲੀ ਦਲ ਵੱਲੋਂ ਪਿਛਲੇ ਦਿਨਾਂ ਵਿੱਚ ਬੀਬੀ ਹਰਸਮਰਤ ਕੌਰ ਬਾਦਲ ਨੇ ਆਖਿਆ ਸੀ ਕਿ ਮੈਂ ਘਰ ਘਰ ਜਾ ਕੇ ਉੱਥੇ ਲੋਕਾਂ ਨਾਲ ਰابطਾ ਕਾਇਮ ਕਰਾਂਗੀ ਅਕਾਲੀ ਦਲ ਉਹਨਾਂ ਦਾ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਹੈ ਕਾਂਗਰਸ ਨੇ ਅਗਨੀ ਉਤਰੀ ਸਾਬ ਨੂੰ ਲਾਤਾ ਭਾਰਤੀ ਜਨਤਾ ਪਾਰਟੀ ਆਪਣਾ ਰਾਹ ਦੇਖ ਰਹੀ ਹੈ ਤੇ ਆਮ ਆਦਮੀ ਪਾਰਟੀ ਉਹਨਾਂ ਦੀ ਤਾਂ ਸਰਕਾਰ ਹੈ ਉਹ ਅੱਗੇ ਪਤਾ ਨਹੀਂ ਕਿਹੜੇ ਕਿਹੜੇ ਕਦਮ ਉਠਾਉਣਗੇ ਤੇ ਕਿਹਨੂੰ ਉੱਥੇ ਇੰਚਾਰਜ ਬਣਾਉਣਗੇ ਜਲੰਧਰ ਦੇ ਉਪਚੋਨ ਸਾਰੀਆਂ ਰਾਸੀ ਧਿਰਾਂ ਲਈ ਇੱਕ ਵੱਡਾ ਕਹਿ ਸਕਦੇ ਹਾਂ ਕਿ ਇਮਤਿਹਾਨ ਦੀ ਘੜੀ ਹੈ ਇਸ ਇਮਤਿਹਾਨ ਦੇ ਵਿੱਚ ਉਹਨਾਂ ਨੂੰ ਕਿੰਨੀ ਕਿ ਸਫਲਤਾ ਮਿਲਦੀ ਹੈ ਸਮਾਂ ਦੱਸੇਗਾ ਪੁਲਿਸ ਪ੍ਰਸ਼ਾਸਨ ਦੇ ਵਿੱਚ ਹਦੋਂ ਬਦਲਣ ਨਾਲ ਅਮਨ ਕਾਨੂੰਨ ਦੇ ਵਿੱਚ ਤੁਹਾਨੂੰ ਲਾਦਾ ਸੁਧਾਰ ਆਏਗਾ ਤੁਸਾ ਪਿਛਲੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਅਦੋ ਬਦਲ ਕੀਤੀਆਂ ਗਈਆਂ ਨੇ ਜੀ ਜਲੰਧਰ ਦੇ ਪੁਲਿਸ ਕਮਿਸ਼ਨਰ ਸਰਦਾਰ ਜਸਕਰਨ ਸਿੰਘ ਦੀ ਥਾਂ ਤੇ ਨੌ ਨਿਹਾਲ ਸਿੰਘ ਹੋਰਾਂ ਨੂੰ ਲਾਇਆ ਗਿਆ ਵੱਡੇ ਪੱਦਰ ਦੇ ਬਹੁਤ ਸਾਰੇ ਪਾਲਸ ਅਧਿਕਾਰੀਆਂ ਨੂੰ ਇੱਧਰ ਉੱਧਰ ਕੀਤਾ ਹੈ ਇਹ ਸਾਰੇ ਅਧਿਕਾਰੀ ਉਹ ਨੇ ਜਿਨ੍ਹਾਂ ਦਾ ਹਾਲ ਹੀ ਦੇ ਵਿੱਚ ਕਈਆਂ ਦਾ ਤਾਂ ਇਹਨਾਂ 12 ਮਹੀਨਿਆਂ ਦੇ ਵਿੱਚ ਕਈ-ਕਈ ਵਾਰੀ ਤਬਾਦਲਾ ਹੋ ਗਿਆ ਤਬਾਦਲਿਆਂ ਦੇ ਨਾਲ ਅਮਨ ਕਾਨੂੰਨ ਤੇ ਕਾਬੂ ਨਹੀਂ ਹੋਣਾ ਅਮਨ ਕਾਨੂੰਨ ਦੇ ਕਾਬੂ ਨਹੀਂ ਪੈਣਾ ਅਮਨ ਕਾਨੂੰਨ ਦੇ ਕਾਬੂ ਤਾਂ ਹੀ ਪਾਇਆ ਜਾ ਸਕਦਾ ਹੈ ਜੇ ਜਮੀਨੀ ਹਕੀਕਤਾਂ ਵਾਲੇ ਜਿਨ੍ਹਾਂ ਦੇ ਤਜਰਬੇ ਨੇ ਪੁਰਾਣੇ ਉਹਨਾਂ ਦੇ ਬਹੁਤ ਚੰਗੇ ਤਜਰਬੇ ਨੇ ਅਧਿਕਾਰੀਆਂ ਦੇ ਸਾਡੇ ਕੋਲ ਬਹੁਤ ਚੰਗੇ-ਚੰਗੇ ਅਧਿਕਾਰੀ ਪਏ ਨੇ ਜੇ ਉਹੋ ਜਿਹੇ ਅਧਿਕਾਰੀਆਂ ਨੂੰ ਅਸੀਂ ਪੰਜਾਬ ਵਿੱਚ ਤਾਇਨਾਤ ਕਰਾਂਗੇ ਤਾਂ ਮੈਂ ਸਮਝਦਾ ਅਮਨ ਕਾਨੂੰਨ ਦੀ ਸਥਿਤੀ ਬਿਹਤਰ ਹੋਵੇਗੀ ਇਹ ਪਿੰਡਾਂ ਵਿੱਚ ਜਾ ਕੇ ਹੋਰਾ ਥਾਮਾ ਤੇ ਛਾਪੇਮਾਰੀ ਕਰਦੇ ਪਏ ਨੇ ਇਹ ਨਸ਼ਾ ਉੱਡ ਕੇ ਤਾਂ ਨਹੀਂ ਆਉਂਦਾ ਆ ਤਾਂ ਸੜਕਾਂ ਤੇ ਰੇਲਾਂ ਤੇ ਜਾਂ ਜਹਾਜ਼ਾਂ ਰਹੀਂ ਆ ਸਕਦਾ ਹੈ ਉੱਥੇ ਚੌਕਸੀ ਸਾਡੀ ਕਿਉਂ ਨਹੀਂ ਜਦੋਂ ਇਹ ਪਿੰਡਾਂ ਸ਼ਹਿਰਾਂ ਕਸਬਿਆਂ ਤੱਕ ਪਹੁੰਚ ਜਾਂਦਾ ਹੈ ਅਸੀਂ ਉੱਥੋਂ ਦੀ ਗਲਤ ਕਰਦੇ ਹਾਂ ਪਰ ਜਿੱਧਰੋਂ ਆ ਰਿਹਾ ਹੈ ਉਹਨਾਂ ਦੇ ਰਾਹਾਂ 'ਚ ਜੇ ਰੋਕਿਆ ਜਾਵੇ ਤਾਂ ਮੇਰਾ ਖਿਆਲ ਹੈ ਕਿ ਇੱਕ ਵੱਡਾ ਕਦਮ ਹੋਵੇਗਾ ਕਾਂਗਰਸ ਨੇ ਛਤੀਸਗੜ ਦੇ ਵਿੱਚ ਇੱਕ ਵਿਸ਼ੇਸ਼ ਕਨਵੈਨਸ਼ਨ ਕੀਤੀ ਹੈ ਜੀ ਸੀਡਲੂਸੀ ਦੇ ਅਧਿਕਾਰ ਨੇ ਉਹ ਖੜਗੇ ਨੂੰ ਦਿੱਤੇ ਗਏ ਨੇ ਜੀ ਮਾਲਕਰ ਜਨੇ ਖੜਗੇ ਉਹਨਾਂ ਦੇ ਪ੍ਰਧਾਨ ਨੇ ਜੀ ਉਹਨਾਂ ਦੀ ਇੱਕ ਬਹੁਤ ਵੱਡੀ ਕਨਵੈਨਸ਼ਨ ਸੈਸ਼ਨ ਛਤੀਸਗੜ ਦੇ ਰਾਏਪੁਰ ਵਿਖੇ ਚਲਾਇਆ ਗਿਆ ਜਿੱਥੇ ਪਹਿਲਾ ਕਾਂਗਰਸ ਵਰਕਿੰਗ ਕਮੇਟੀ ਦੀ ਗਿਣਤੀ ਵੀ ਵਧਾਤੀ ਹੈ ਉਹਦਾ ਚੋਣ ਕਰਨ ਦਾ ਤਰੀਕਾ ਵੀ ਬਦਲਤਾ ਤੇ ਪ੍ਰਧਾਨ ਮਾਲਕਰ ਜਨ ਖੜਗੇ ਨੂੰ ਸਾਰੇ ਅਧਿਕਾਰ ਸੌਂਪਤੇ ਨੇ ਕਿ ਖੜਗੇ ਸਾਹਿਬ ਐਸ ਤੋਂ ਬਾਅਦ ਤੁਸੀਂ ਆਪਣੇ ਤੌਰ ਤੇ ਵਰਕਿੰਗ ਕਮੇਟੀ ਮੈਂਬਰਾਂ ਨੂੰ ਨਾਮਜ਼ਦ ਕਰੋਗੇ ਲੇਕਿਨ ਉਹਦੇ ਵਿੱਚ ਇੱਕ ਤਬਦੀਲੀ ਕੀਤੀ ਹੈ ਅਣਸੂਚਿਤ ਜਾਤੀ ਪਛੜੀਆਂ ਛਰੇਣੀਆਂ ਤੇ ਔਰਤਾਂ ਇਹਨਾਂ ਨੂੰ ਵੀ ਤਕਰੀਬਨ 50% ਰਾਖਵਾਕਰਨ ਸੀਟਾਂ ਰੱਖੀਆਂ ਜਾਣਗੀਆਂ ਤਾਂ ਕਿ ਇਹਨਾਂ ਨੂੰ ਵੀ ਉਹਦੇ ਵਿੱਚ ਪ੍ਰਤੀਨਿਧਤਾ ਦਿੱਤੀ ਜਾ ਸਕੇ ਅੱਜ ਦੇ ਪ੍ਰੋਗਰਾਮਾਂ ਦੇ ਵਿੱਚ ਆਨੇ ਢਿੱਲੋ ਸਾਥ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਥਾੜਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਮਿਹਰਬਾਨੀ ਅਗਲੇ ਐਤਵਾਰ ਪ੍ਰੋਗਰਾਮ ਲੈ ਕੇ ਮੂੜ ਫਿਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ